ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਾਂਗੇ। ਸੋ ਸਟੂਡੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਜਦੋਂ ਆਪਸ਼ਨਸ ਦੇ ਉੱਪਰ ਜਾਂਦੇ ਨੇ ਕਿਹੜੀ ਫੀਲਡ ਵਿੱਚ ਅੱਗੇ ਜਾਈਏ, ਤਾਂ ਉਹਨਾਂ ਨੂੰ ਇਹ ਵੀ ਜ਼ਰੂਰ ਦੇਖਣਾ ਚਾਹੀਦਾ ਹੈ ਪਹਿਲਾਂ ਤੋਂ ਹੀ ਕਿ ਜਿਸ ਫੀਲਡ ਵਿੱਚ ਜਾਣ ਅੱਗੋਂ ਜਾ ਕੇ ਜੌਬ ਦੀ ਓਪਰਚੁਨਿਟੀਜ਼ ਕਿਸ ਤਰ੍ਹਾਂ ਦੀਆਂ ਨੇ ਜਾਂ ਫਿਰ ਉਹਨਾਂ ਦੀ ਸੈਲਰੀਜ਼ ਕਿਵੇਂ ਦੀਆਂ ਰਹਿਣ ਵਾਲੀਆਂ। ਸੋ ਅੱਜ ਦੀ ਵੀਡੀਓ ਇਸੇ ਲਈ ਸਟੂਡੈਂਟਸ ਲਈ ਬਹੁਤ ਖਾਸ ਰਹਿਣ ਵਾਲੀ ਹੈ, ਕਿਉਂਕਿ ਤੁਹਾਡਾ ਪਹਿਲਾ ਕਦਮ ਯਾਨੀ ਤੁਹਾਡੀ ਜਿਹੜੀ ਆਪਸ਼ਨ ਅਗਰ ਸਹੀ ਹੋਏਗੀ ਤਾਂ ਤੁਸੀਂ ਚੰਗੀ ਸੈਲਰੀਜ਼ ਚੰਗੀ ਜੌਬਸ ਵੱਲ ਅੱਗੇ ਵੱਧ ਸਕੋਗੇ। ਸੋ ਬਹੁਤ ਇਨਫੋਰਮੇਟਿਵ ਵੀਡੀਓ ਅੱਜ ਦੀ ਤੁਹਾਡੇ ਲਈ ਰਹਿਣ ਵਾਲੀ ਹੈ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਅੱਜ ਇੱਕ ਖਾਸ ਆਪਸ਼ਨਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ। ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ, ਔਰ ਐਕਸਪੀਰੀਅੰਸ ਐਵੇਂ ਹੀ ਨਹੀਂ ਬਣ ਜਾਂਦਾ, ਬਹੁਤ ਸਾਰਾ ਰਿਸਰਚ ਵਰਕ ਇਸ ਦੇ ਵਿੱਚ ਵੱਖ ਵੱਖ ਪ੍ਰੋਫਾਈਲਸ ਉੱਪਰ ਕੰਮ ਕੀਤਾ ਗਿਆ। ਕੁਝ ਐਸੀ ਪ੍ਰੋਫਾਈਲ 'ਤੇ ਵੀ ਵੀਜ਼ਾ ਲੈ ਕੇ ਆਉਂਦੇ ਗਏ ਜਿੱਥੇ ਲੱਗਦਾ ਸੀ ਕਿ ਸ਼ਾਇਦ ਪੋਸੀਬਲ ਨਹੀਂ ਹੈ, ਕਿੱਥੇ ਸਟੂਡੈਂਟ ਨੂੰ ਵੀ ਲੱਗਦਾ ਸੀ ਸ਼ਾਇਦ ਮੇਰਾ ਵੀਜ਼ਾ ਨਹੀਂ ਆਏਗਾ, ਪਰ ਮੈਮ ਵੱਲੋਂ ਇਹਨਾਂ ਦੀ ਟੀਮ ਵੱਲੋਂ ਪੂਰਾ ਮਿਹਨਤ ਕਰਕੇ ਹਾਰਡਵਰਕ ਕਰਕੇ ਜੋ ਹੈ ਵੀਜ਼ਾ ਲਿਆਂਦਾ ਗਿਆ। ਅਤੇ ਅੱਜ ਇਸ ਲਈ ਮੈਮ ਇੰਨੀਆਂ ਚੰਗੀਆਂ ਆਪਸ਼ਨਸ ਤੁਹਾਡੇ ਲਈ ਲੈ ਕੇ ਆਏ ਨੇ ਤਾਂ ਕਿ ਸਟੂਡੈਂਟ ਆਪਣਾ ਡਿਸੀਜ਼ਨ ਸੋਚ ਸਮਝ ਕੇ ਲਵੇ ਕਿ ਕਿਹੜੀ ਫੀਲਡ ਵਿੱਚ ਅਸੀਂ ਕਿਵੇਂ ਅੱਗੇ ਵਧਣਾ ਹੈ ਤਾਂ ਕਿ ਸਾਨੂੰ ਜੌਬ ਵੀ ਚੰਗੀ ਮਿਲੇ ਜਿਸਦੇ ਵਿੱਚ ਸਾਨੂੰ ਸੈਲਰੀ ਵੀ ਚੰਗੀ ਮਿਲੇ। ਸੋ ਮੈਮ ਮੈਂ ਜ਼ਰੂਰ ਚਾਹਾਂਗੀ ਕਿ ਆਪਾਂ ਬਿਨਾਂ ਦੇਰ ਕੀਤੇ ਹਾਂ ਇਹ ਜਿਹੜੀ ਖਾਸ ਇਨਫੋਰਮੇਸ਼ਨ ਤੁਸੀਂ ਅੱਜ ਸਟੂਡੈਂਟਸ ਲਈ ਲੈ ਕੇ ਆਇਓ ਇੱਕ ਇੱਕ ਕਰਕੇ ਡਿਟੇਲ ਵਿੱਚ ਪੂਰੀ ਤਰ੍ਹਾਂ ਸਾਂਝੀ ਕਰੋ। ਹਰਜੋਤ, ਇੱਦਾਂ ਹੈ ਕਿ ਆਸਟ੍ਰੇਲੀਆ ਜਾਣਾ ਮੇਰੇ ਖਿਆਲ ਪਿਛਲੇ 2 ਸਾਲ 'ਚ ਹਰ ਬੱਚੇ ਦਾ ਡ੍ਰੀਮ ਹੋ ਗਿਆ ਜੀ। ਕੱਲ੍ਹ ਇੱਕ ਬੱਚੇ ਫਾਦਰ ਨਾਲ ਆਇਆ ਅਤੇ ਪ੍ਰੋਫਾਈਲ ਨਹੀਂ ਬਣ ਰਿਹਾ ਸੀਗਾ। ਮੈਂ ਕਿਹਾ ਕਿ ਵਾਈ ਯੂ ਵਾਂਟ ਟੂ ਸੈਂਡ ਹਿਮ ਇਨ ਆਸਟ੍ਰੇਲੀਆ, ਕਿਉਂ ਭੇਜਣਾ ਚਾਹੁੰਦੇ ਹੋ? ਕਹਿੰਦੇ ਉਹਦਾ ਡ੍ਰੀਮ ਹੈ। ਆਈ ਡੋਂਟ ਨੋ, ਡ੍ਰੀਮ ਬਣਦੇ ਵੀ ਹੈ ਟੁੱਟਦੇ ਵੀ ਹੈ, ਬਟ ਜਿਨ੍ਹਾਂ ਦਾ ਪ੍ਰੋਫਾਈਲ ਐਲੀਜੀਬਲ ਹੈ ਖਾਲੀ ਉਹੀ ਡ੍ਰੀਮ ਰੱਖੋ, ਬਾਕੀ ਦੂਜੀ ਕੰਟਰੀ ਨੂੰ ਤੁਸੀਂ ਡਾਈਵਰਟ ਕਰ ਦਿਉ। ਰਾਈਟ, ਪ੍ਰੋਫਾਈਲ ਅੱਛਾ ਹੋਏ। ਨੋਨ ਮੈਡੀਕਲ ਦੇ ਸਟੂਡੈਂਟਸ ਵਨ ਆਫ ਦਾ ਫੇਵਰੇਟ ਸਟੂਡੈਂਟਸ ਆਈ ਕੈਨ ਸੇ, ਕਿ ਜਿਨ੍ਹਾਂ ਦੇ ਬਹੁਤ ਅੱਛੇ ਜੋਬ ਅਪਰਚੁਨਿਟੀਜ਼ ਹੈ ਔਰ ਬਹੁਤ ਅੱਛੇ ਕੋਰਸਿਸ ਹੈ। ਤੁਸੀਂ US ਦੇ ਵਿੱਚ ਸੁਣਦੇ ਹੋਗੇ ਜਾਂ ਆਲ ਓਵਰ ਵਰਲਡ ਸਟੈਮ ਕੋਰਸਿਸ। ਸਟੈਮ ਕੀ ਹੈ? ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ। ਪਿੱਛੇ ਆਪਾਂ ਇੱਕ ਵੀਡੀਓ 'ਚ ਜ਼ਿਕਰ ਕੀਤਾ ਸੀਗਾ ਕਿ 78% ਸਟੂਡੈਂਟ ਜਿਹੜਾ IT ਨੂੰ ਅਡੋਪਟ ਕਰਦਾ। ਠੀਕ ਹੈ, ਹੁਣ ਸਟੈਮ ਦੇ ਵਿੱਚ ਕੀ ਹੈ? ਜਿਹੜਾ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ ਅਤੇ ਟੈਕਨੋਲੋਜੀ ਜਿਹੜਾ ਉਹ ਇਸ ਟਾਈਮ ਆਲ ਓਵਰ ਵਰਲਡ ਜਿਹੜਾ ਸਭ ਤੋਂ ਜ਼ਿਆਦਾ ਡੋਮੀਨੇਟ ਕਰ ਰਿਹਾ। ਹੁਣ ਟੈਕਨੋਲੋਜੀ ਦੇ ਵਿੱਚ ਅਲੱਗ ਅਲੱਗ ਲਾਈਨਸ ਆ ਜਾਂਦੀਆਂ। ਟੈਕਨੋਲੋਜੀ ਦੇ ਵਿੱਚ ਆਪਾਂ ਕਹੀਏ ਆਰਟੀਫਿਸ਼ਲ ਇੰਟੈਲੀਜੈਂਸ, ਜਿਹੜਾ ਇਸ ਟਾਈਮ ਇੱਕਦਮ ਰੈਵੋਲਿਊਸ਼ਨਰੀ ਚੇਂਜਿਸ ਆ ਰਹੇ ਹੈ। ਠੀਕ ਹੈ, ਸਾਈਬਰ ਸਿਕਿਉਰਿਟੀ, ਜਿਹੜੇ ਹੈਕਰਸ ਹੈ ਉਹ ਅੱਜ ਕੱਲ੍ਹ ਕਿਸੇ ਨੂੰ ਨਹੀਂ ਛੋੜ ਰਹੇ, ਉਹਦੇ ਵਾਸਤੇ ਸਾਈਬਰ ਸਿਕਿਉਰਿਟੀ ਮੀਨਸ ਕਿ ਇੱਕ ਕਿਸਮ ਦਾ ਉੱਥੇ ਗਾਰਡ ਖੜਿਆ ਹੈ ਕਿ ਜਿਹੜਾ ਉਹਨੂੰ ਰੋਕਦਾ ਠੱਗੀ ਕਰਨ ਤੋਂ, ਦੈਟ ਇਜ਼ ਕਾਲਡ ਸਾਈਬਰ ਸਿਕਿਉਰਿਟੀ। ਰਾਈਟ, ਦੈਨ ਤੁਹਾਡਾ ਆ ਜਾਂਦਾ ਕਲਾਊਡ ਕੰਪਿਊਟਿੰਗ, ਤੁਹਾਡਾ ਆ ਜਾਂਦਾ ਬਿਜ਼ਨਸ ਡਾਟਾ ਐਨਾਲਿਟਿਕ, ਬਿਜ਼ਨਸ ਐਨਾਲਿਟਿਕਸ, ਇੱਦਾਂ ਦੇ ਕਈ ਕੋਰਸਿਸ ਆ IT ਤੋਂ ਰਿਲੇਟਡ। ਜਾਂ ਆਪਾਂ ਗੱਲ ਕਰੀਏ ਕਿ ਸੈਲਰੀ ਵਾਈਜ਼, ਜਦ ਇਹ ਸਟੂਡੈਂਟ ਕੋਰਸ ਕਰਕੇ ਬਾਹਰ ਨਿਕਲਦਾ, ਕਿਉਂਕਿ ਪੜ੍ਹਾਈ ਤੁਹਾਡਾ ਸਭ ਤੋਂ ਮੇਨ, ਤੁਹਾਡਾ ਜਦ ਤੁਸੀਂ ਜਾਂਦੇ ਹੋ ਆਸਟ੍ਰੇਲੀਆ, ਯੂ ਆਰ ਨਾਟ ਜਸਟ ਗੋਇੰਗ ਟੂ ਐਂਟਰ ਦੇਅਰ, ਯੂ ਆਰ ਗੋਇੰਗ ਟੂ ਸਟੱਡੀ। ਤੁਸੀਂ ਉੱਥੇ ਖਾਲੀ ਐਂਟਰ ਹੋਣ ਵਾਸਤੇ ਨਹੀਂ ਜਾ ਰਹੇ, ਤੁਸੀਂ ਪੜ੍ਹਨ ਵਾਸਤੇ ਜਾ ਰਹੇ ਹੋ। ਜੇ ਤੁਸੀਂ ਕੋਰਸ ਅੱਛਾ ਕੀਤਾ, ਅੱਜ ਇੱਕ ਬੱਚੇ ਦੇ ਅੰਕਲ ਨਾਲ ਜਿੱਦਾਂ ਗੱਲ ਚੱਲ ਰਹੀ ਸੀ, ਹੀ ਸੈਟਲਡ ਇਨ UAE, ਉਹਨਾਂ ਨੇ ਆਪਣੇ ਭਾਂਜੇ ਵਾਸਤੇ ਫੋਨ ਕੀਤਾ ਸੀਗਾ, ਅਤੇ ਕਿਸੇ ਟਾਈਮ ਉਹ ਫਰਾਂਸ ਕੋਈ ਅੱਛਾ ਕੋਰਸ, ਪੈਟਰੋਲੀਅਮ ਰਿਲੇਟਡ ਕੋਈ ਕੋਰਸ ਕੀਤਾ, ਆਈ ਡੋਂਟ ਰਿਮੈਂਬਰ ਨਾਓ, ਅਤੇ ਕਹਿ ਰਹੇ ਸੀ ਮੇਰੀ ITR ਹੀ 1 ਕਰੋੜ ਦੀ ਹੈ, ਬਿਕੋਜ਼ ਉਹਨਾਂ ਨੇ ਅੱਛਾ ਕੋਰਸ ਕੀਤਾ, ਵਰਲਡ ਵਾਈਡ PR ਦੇ ਪਿੱਛੇ ਨਹੀਂ ਭੱਜੇ, ਅੱਜ ਇੱਕ ਇੰਨੀ ਅੱਛੀ ਜੌਬ ਕਰ ਰਹੇ ਹੈ ਅਤੇ ਜਿੱਦਣ ਮਰਜ਼ੀ ਸੈਟਲ ਹੋ ਸਕਦੇ ਇੰਨੀ ਅੱਛੀ ਜੌਬ ਵਾਲੇ। ਅਤੇ ਮੈਂ ਹੁਣੇ ਸਰਚ ਕਰ ਰਹੀ ਸੀਗੀ, ਦੇਖੋ ਜਿਹੜਾ ਸਾਈਬਰ ਸਿਕਿਉਰਿਟੀ ਵਾਲੇ ਦੀ ਆਸਟ੍ਰੇਲੀਆ ਦੀ ਸੈਲਰੀ ਹੈ ਆਲਮੋਸਟ $170,000 ਪਰ ਏਅਰ, ਜਿਹੜੀ ਵੀ ਆਪਾਂ ਗੱਲ ਕਰ ਰਹੇ ਹਾਂ ਐਵਰੇਜ ਕਰ ਰਹੇ ਹਾਂ, ਮਤਲਬ ਕਿਸੇ ਦੀ 200,000 ਹੈ, ਕਿਸੇ ਦੀ 150,000 ਹੈ, ਐਵਰੇਜ ਸੈਲਰੀ ਜਿਹੜੀ 170,000।
आर्टिफिशियल इंटैलीजेंस एवरेज सैलरी जी है 150,000 आ रही है। बिजनेस एनालिटिक की गल कर रहे हैं, डेटा एनालिटिक की गल कर रहे हैं या क्लाउड कंप्यूटिंग कोई भी, आलमोस्ट $95,000 पर ईयर आ रही है। जे इधर मैं अकाउंटिंग की गल करा तो वह $75,000 पर एनम आ रही है। जो आप इदा लै रहे हैं कि कोई भी इदा के कोर्सिज है जिदे विच अपनी 75,000 तो लैके 170,000 तक आ रही है, तो जिदे विच सब तो ज़्यादा सैलरी निकली है वो 170,000 साइबर सिक्योरिटी की निकल रही है। पर साइबर सिक्योरिटी विच वही बच्चा जाए जिदा आई टी विच इंट्रस्ट है, जिहड़ा अच्छी तरह आई टी समझदा ता ही उन्होंने इन्नी सैलरी मिल रही। तुसी ये देखो जिथे 95,000 बिजनेस एनालिस्ट नू मिल रही है, डेटा एनालिस्ट नू मिल रही है, तो उन्होंने 170,000 आई टी वाला कोई भी बंदा हो 130,000-140,000 तो ज़्यादा नहीं जाएगी, $120,000 इदा ही शुरू होंगी है। बट साइबर सिक्योरिटी वाले नू आलमोस्ट डबल मिल रही है। तो तुसी जो भी कोर्स करो अच्छा करो। इंजीनियर्स की जो सैलरी मैं कढ़ रही हाँ ऑन एन एवरेज कोई भी इंजीनियर की सैलरी वह भी $140,000 जा रही है। आप सारी गल आस्ट्रेलिया की कर रहे हैं, दैट मीनस तुसी देखो इंजीनियर्स की टेक्नोलॉजी वाले बंदियां दी कितनी डिमांड है। और इन्हां दे वीज़े भी रिजेक्ट नहीं होंदे। वीज़े रिजेक्ट केड़े होंदे है, जिहड़े काम कोर्स जा रहे हैं, जिन्हां ने इत्थे भी कोई इन्ना कोई खास नहीं किया, बस एक जान दे वास्ते जा रहे हैं। तो कोई भी कंट्री है जिथे मैन पावर शॉर्टेज चल रही है, जिथे उन्होंने इदा का कुछ भी चल रहा, उन्होंने वीज़ा रिजेक्ट नहीं होंगी। पढ़न च बच्चा अच्छा CBSE तो इतों पढ़िया होया या ग्रेजुएशन अच्छी यूनिवर्सिटी तो की, अच्छी परसेंटेज है, स्पॉन्सरशिप ठीक है, उन्होंने 10 लाख तो उपर है, उन्होंने वीज़े रिजेक्ट नहीं होंगे। बट तुसी जे टेक्नोलॉजी बेस कोर्सेज दे विच जांदे हो तो तुहाडा बहुत ज़्यादा अच्छा स्कोप है। उहदे बाद आपां गल करदे हां नर्सिंग दी, हैल्थ साइंस दी, उहनां दे विच भी बहुत अच्छे जॉब चांसिस है, क्योंकि आल ओवर वर्ल्ड कोविड दे बाद नर्सिस दी डिमांड जिहड़ी हमेशा हाईएस्ट लैवल ते रही है। वो जॉब च उहनां दे कदी वह कभी जॉबलैस नहीं हो सकते, उहनां दी सैटलमेंट बहुत जल्दी हो जाती है। हैल्थ तो रिलेटिड कोई मर्जी कोर्स चक लो, उन्होंने जी हमेशा जॉब चांसिस ज़्यादा ही रहते हैं, सैलरीज भी बहुत अच्छी रही उन्होंने। जी 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 बिल्कुल। सो देखो किन्निया चंगिया ऑप्शनस मैम ने तुम्हें दसिया ने। सो हार्डवर्क जरूरी होंगे, जो तुम स्टडी वीज़ा पर चले हो चंगे कोर्सिज जरूर चूज़ करो ताकि जॉब अपॉर्चुनिटीज मिलन, चंकी सैलरीज मिलन। जो तुम अपने फ्यूचर बारे एक ड्रीम देखा है कि असं बहुत वधिया लाइफ अगों अपनाना चाहते हो तो ही पॉसीबल है। जेकर तुम वो वाले कोर्सिज उपर ही ना चलते रहो कि सिर्फ साड़ा वीज़ा लग जाए तो असं कोर्स चूज़ कर रहे हैं, बल्कि तुम देखो कि जिस सा फ्यूचर ब्राइट होवे, एक्चुअल असी चंकी रिस्पैक्टफुल जॉब में होइए, रिस्पैक्टफुल असी सैलरी लै सकी। सो मैम हमेशा ही कोशिश करते हैं कि स्टूडेंट्स इन वीडियोज़ के जरिए इस तरीके गाइड किया जाए कि स्टूडेंट अपने फ्यूचर के लिए सही ऑप्शन सही कोर्स के नाल ही अगे वधे, ता ही तुहाडा फायदा है बाहर जान दा, या जो तुहाडे पेरेंट्स तुहाडे लिए ड्रीम देखते हैं कि साडा बच्चा जो है एक वधिया जिंदगी लिए असं बाहर भेजिए तो वधिया वधिया जिंदगी जो सके। सो होर कोई तुहाडा अपना भी सवाल होवे इन्हां कोर्सिस नूं लैके, एडमिशनस नूं लैके, कि फैब इनटेक च अप्लाई करना है, ये कोर्सिस विच तुहानूं सीट मिल सकती है या नहीं, तो तुसीं जरूर जिहड़ा है नंबर डिस्प्ले इस उपर कॉल करके पूरी जानकारी लै सकते हो। तो कमेंट सैक्शन भी तुम अपने सवाल साढ़े नाल जरूर सांझे कर सकते हो। बहुत चंगा रहेगा जेकर तुम अपने डॉक्यूमेंट्स लैके नैविगेटर्स ओवरसीज़ ऑफिस विजिट करते हो, डॉक्यूमेंट्स की असैसमेंट करवाने हो, ताकि सारिया सही चीज़ा जो थोड़ी प्रोफाइल के अकॉर्डिंगली थोड़े लिए मैच कर दें तो गाइड की जा सकन। तो बहुत बहुत थैंक्स मैम, हमेशा की तरह अज भी तुम बहुत खास इन्फॉर्मेशन जो है स्टूडेंट्स के साझी की है, जो उन्होंने फ्यूचर लिए बहुत ही ज़्यादा फायदेमंद भी रह सकती है। सो अगों भी असं इस ढंग स्टूडेंट्स लिए होर इनफॉर्मेटिव वीडियोज़ लैके आते रहेंगे। फिलहाल ही सानू दिओ जी इजाजत। थैंक यू सो मच। थैंक यू।